ਹਲਕਾ ਧਰਮਕੋਟ ਦੇ ਪਿੰਡ ਠੂਠਗੜ੍ਹ ਦੇ ਗਰੀਬ ਲੋਕਾਂ ਵਿੱਚ ਉਸ ਵੇਲੇ ਹਫੜਾ ਥਪੜੀ ਬਚ ਗਈ ਜਦੋਂ ਪਿੰਡ ਦੀ ਹੀ ਪੰਚਾਇਤ ਵੱਲੋਂ ਪਿੰਡ ਦੇ ਗਰੀਬ ਲੋਕਾਂ ਦੇ ਮਕਾਨਾਂ ਅਤੇ ਦੁਕਾਨਾਂ ਨੂੰ ਢਾਉਣਾ ਸ਼ੁਰੂ ਕਰ ਦਿੱਤਾ, ਜਿਸ 'ਤੇ ਗਰੀਬ ਪਰਿਵਾਰਾਂ ਵੱਲੋਂ 181 ਨੰਬਰ 'ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਪੀੜਿਤ ਪਰਿਵਾਰਾਂ ਦਾ ਕਹਿਣਾ ਹੈ ਕਿ ਇਹ ਪਲਾਟ ਅੱਜ ਤੋਂ 20 ਸਾਲ ਪਹਿਲਾਂ ਪਿੰਡ ਦੀ ਹੀ ਪੰਚਾਇਤ ਨੇ ਉਹਨਾਂ ਨੂੰ ਦਿੱਤੇ ਸਨ, ਜਿਸ ਵਿੱਚ ਉਹਨਾਂ ਨੇ ਆਪਣੇ ਰਹਿਣ ਲਈ ਘਰ ਅਤੇ ਦੁਕਾਨਾਂ ਬਣਾਈਆਂ ਹੋਈਆਂ ਸਨ, ਪਰ ਮੌਜੂਦਾ ਸਰਪੰਚ ਨੇ ਬਿਨਾਂ ਕਿਸੇ ਜਾਣਕਾਰੀ ਦੇ ਇਹਨਾਂ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਹੈ। ਪੀੜਤਾਂ ਦਾ ਆਰੋਪ ਹੈ ਕਿ ਪੁਲਿਸ ਨੇ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਹਨਾਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਉਧਰ ਇਹ ਬਸ ਪੰਚਾਇਤ ਦੇ ਸਰ ਰਲ ਕੇ ਸਾਰਿਆਂ ਨੇ ਵੀ ਚਾਲ ਕੀਤੀ ਸਾਡੇ ਨਾਲ, ਵੀ ਸਾਨੂੰ ਕਹਿੰਦੇ ਵੀ ਛੱਡੋ ਛੱਡੋ, ਅਸੀਂ ਛੱਡਦੇ ਨਹੀਂ, ਸੁਣਨਾ ਹੀ ਚਾਹੁੰਦੇ ਸੀ। ਇਹ ਤੁਹਾਡੀ ਆਪਣੀ ਜਗ੍ਹਾ ਸੀ? ਹਾਂਜੀ ਹਾਂਜੀ। ਕਿਵੇਂ ਮਿਲੀ ਤੁਹਾਨੂੰ? ਵੀ ਬਸ 5 ਮਰਲੇ ਦਿੱਤੇ ਗਏ ਸੀਗੇ। ਕਿੰਨਾਂ ਨੇ ਦਿੱਤੇ ਸੀ? ਗੁੱਜਰ ਸਿੰਘ ਸਰਪੰਚ ਨੇ ਦਿੱਤੇ ਸੀਗੇ। ਕਦੋਂ ਦਿੱਤੇ ਸੀਗੇ? ਇਹ ਹੋ ਗਿਆ 20 ਸਾਲ ਹੋ ਗਿਆ ਇਸ ਗੱਲ ਨੂੰ ਜੀ। ਹੁਣ ਕਿਉਂ ਢਾਇਆ ਗਿਆ? ਹੁਣ ਪਤਾ ਨਹੀਂ ਕਿ ਕਿਸੇ ਮਗਰ ਲੱਗ ਕੇ ਕੀ ਬਣਿਆ ਕੀ ਨਹੀਂ, ਕੋਈ ਸਮਝ ਹੀ ਨਹੀਂ ਸਾਨੂੰ, ਦੱਸੇ ਇਹਨਾਂ ਨੇ ਟਾਈਮ ਹੀ ਸਰ ਤੁਹਾਨੂੰ ਦਿੱਤਾ ਬਸ। ਢਾਉਣ ਤੋਂ ਪਹਿਲਾਂ ਤੁਹਾਨੂੰ ਕਿਸੇ ਨੇ ਖਾਲੀ ਕਰ ਲਈ ਕੁਛ? ਨਹੀਂ ਨਹੀਂ ਕਿਹਾ ਸਰ, ਨਹੀਂ ਕਿਹਾ। ਕਾਸ ਅਫਸਰ ਦਾ ਕਹਿਣਾ ਹੈ ਕਿ ਕੋਈ ਵੀ ਪੰਚਾਇਤ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਤੇ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਦੀ, ਜਾਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਉਹਦੇ ਵਿੱਚ ਮੇਰੇ ਵੱਲੋਂ ਇਹ ਆ ਵੀ ਸਾਡੇ ਨੋਟਿਸ ਵਿੱਚ ਹੀ ਹੈਗੀ ਆ, ਨਾ ਮੈਨੂੰ ਕਿਸੇ ਇਹਦੇ ਬਾਰੇ ਕੋਈ ਆਰਡਰ ਦੱਸਿਆ ਵੀ ਇਹ ਦੁਕਾਨਾਂ ਢਾਉਣ ਗਿਆ ਜਾਂ ਕੋਈ ਨਜਾਇਜ਼ ਕਰ ਗਿਆ ਕੁਛ ਕਰਾਉਣਾ। ਪੰਚਾਇਤ ਨੇ ਕੋਈ ਮਤਾ ਨਹੀਂ ਪਾਇਆ ਜੀ? ਅਸਲ ਮੇਰੇ ਕੋਲ ਨਹੀਂ, ਮੇਰੇ ਦਾਦੀ 'ਚ ਕੋਈ ਨਹੀਂ ਹੈਗਾ। ਕੀ ਪੰਚਾਇਤ ਇਸ ਤਰ੍ਹਾਂ ਉਟਾ ਸਕਦੀ ਹੈ ਜੀ? ਜੇ ਪੰਚਾਇਤੀ ਜਗ੍ਹਾ ਦੇ ਵਿੱਚ ਵੀ ਨਜਾਇਜ਼ ਕਬਜ਼ਾ ਵੀ ਹੋਵੇ ਤਾਂ ਪੰਚਾਇਤ ਉਟਾ ਸਕਦੀ? ਪ੍ਰੋਪਰ ਕਾਨੂੰਨ ਅਨੁਸਾਰ ਕੋਰਟ ਵੱਲੋਂ ਆਰਡਰ ਲੈ ਕੇ ਪ੍ਰੋਪਰ ਉਹਨੂੰ ਨੋਟਿਸ ਦੇ ਕੇ ਸਾਰਾ ਕੁਝ ਹੋ ਸਕਦਾ ਉਹ। ਮੋਗਾ ਤੋਂ ਬਿੱਟੂ ਪੁਰਬਾ, ਖਬਰ ਹਰਪਲ, ਇੰਡੀਆ ਲਈ।